ਤੁਹਾਡਾ ਤੇਰਾ ਵਿਆਹ ਕਰਾਉਣਾ ਇੱਥੇ ਮੈਂ ਤੇਰਾ ਵਿਆਹ ਮੇਰਾ ਵਿਆਹ ਤੇਰੇ ਲਈ ਇੱਥੇ ਬੰਦਾ ਲੱਭਣ ਆਇਆ ਕਿਹੜਾ ਬੰਦਾ ਕੋਈ ਲੱਭ ਜਾ ਤੇਰੀ ਜਨਾਨੀ ਆ ਮੇਰੇ ਬਹਿਨੋਈ ਵੀ ਆਏ ਹੋਣੇ ਭਾਜੀ ਤੁਸੀਂ ਕਿੱਧਰ ਆਏ ਜੇ ਅੱਛਾ ਅੱਛਾ ਬੀਵੀ ਦਾ ਹਿਸਾਬ ਲੈਣ ਆਏ ਜੇ ਇਹਨਾਂ ਦਾ ਲੱਗਿਆ 20 ਕਰੋੜ ਦਾ ਇਨਾਮ ਅੱਛਾ ਮੈਂ ਮੱਲੇ ਦਾ ਕਾਉਂਸਲਰ ਆ ਮੈਂ ਆਪਣੀ ਭੈਣ ਵਿਆਹਣੀ ਹੈ ਇਹਨਾਂ ਦੇ ਨਾਲ ਮੈਂ ਕਿਹਾ ਕਿਤੇ ਬਾਹਰ ਵਿਆਹਾਂਗੇ ਮੈਂ ਪਿੰਡੋਂ ਗੋਹੇ ਲੈਣ ਆਇਆ ਜੀ ਮੈਂ ਵੀ ਇੱਥੇ ਭੈਣ ਵਿਆਹਣ ਆਇਆ ਜੀ ਭੈਣ ਵਿਆਹਣੀ ਇਹ ਵੀ ਭੈਣ ਦੇਣ ਆਇਆ ਤੂੰ ਮੇਰੀ ਭੈਣ 16 ਸਾਲ ਦੀ ਮਿਸਰ ਮੰਗਣੀ ਕਰਾਉਣੀ ਆ ਜੀ ਤੇ ਉਹ ਜਿਹੜਾ ਬਹਿਨੋਈ ਏ ਉਹ ਤੇਰੀ ਅੰਮੀਆਂ ਨੂੰ ਲੱਗਦਾ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਜਮੀਲ ਤੇ ਅਸਲ ਤੈਨੂੰ ਤੇਰੀ ਮਾਂ ਦੀ ਕਸਮ ਗੁਜਰਾਂ ਵਾਲੇ ਕਿੱਥੇ ਰਹਿਣਾ ਸ਼ਾਹਗੜ ਅਸਲ ਤੇਰੀ ਬੀਵੀ ਦਾ ਨਾਂ ਕੀ ਤੈਨੂੰ ਤੇਰੀ ਮਾਂ ਦੀ ਕਸਮ ਸ਼ਗੁਫਤਾ ਉਹ ਸ਼ਗੁਫਤਾ ਨੂੰ ਸਮਝਾ ਉਹਨੇ ਉਸ ਦਿਨ ਮੈਨੂੰ ਬਕਾਇਆ ਪੈਸੇ ਨਹੀਂ ਦਿੱਤੇ ਤੁਹਾਡੀ ਮੁਹੱਬਤ ਮੈਂ ਖੁਦਾ ਵਾਹਦ ਦੀ ਕਸਮ ਮੈਂ ਤੁਹਾਡੇ ਨਾਲ ਸੱਚੀ ਗੱਲ ਕਰਾਂਗਾ ਕਿ ਗੁਜਰਾਂ ਵਾਲੇ ਚ ਅਗਰ ਕੋਈ ਹਰਾਮ ਦਾ ਆਣਾ ਤੁਹਾਡੀ ਭੈਣ ਦਾ ਰਿਸ਼ਤਾ ਲੈਣ ਨਹੀਂ ਆਏ ਜੀ ਜੀ ਅਸੀਂ ਤੇ ਆਪਣੀ ਭੈਣ ਦੇਣ ਆਏ ਜੇ ਆਪਣੇ ਹੀ ਹੋ ਗਿਆ ਜ਼ਰਾ ਆਪ ਸਾਥ ਹੋ ਜਾਏ ਸਰ ਪਲੀਜ਼ ਥੋੜ੍ਹਾ ਸਾ ਸਾਥ ਸਰ ਨਹੀਂ ਨਹੀਂ ਆਪ ਬੈਠ ਜਾਏ ਆਪ ਥੋੜ੍ਹਾ ਸਾਥ ਐਸੇ ਅੱਛਾ ਥੈਂਕ ਯੂ ਪਲੀਜ਼ ਆਪ ਐਸੇ ਥੋੜ੍ਹਾ ਸਾ ਨੀਚੇ ਹੋ ਜਾਏ ਵੈਰੀ ਗੁੱਡ ਸਰ ਥੋੜ੍ਹਾ ਸਾਥ ਹੋ ਜਾਏ ਸਮਾਈਲ ਪਲੀਜ਼ ਮਾਮੇ ਦਾ ਮੁੰਡਾ
ਕੋਈ ਆਪਣਾ ਕੋਈ ਮਸਲਾ ਮਸਾਇਲ ਸਾਨੂੰ ਜਿਹੜੀ ਵੀ ਤੁਹਾਡੀ ਕੋਈ ਟੈਨਸ਼ਨ ਹੈ ਨਾ ਮੈਨੂੰ ਨਹੀਂ ਦੱਸਣੀ ਕੋਈ ਮਸਲਾ ਆਪ ਹੀ ਨਿਬੇੜਿਆ ਕਰੋ ਕਿ ਸਾਰੀਆਂ ਕਾਉਂਸਲਰ ਨੇ ਨਿਬੇੜਨੀਆਂ ਇਹ ਸਾਰੀਆਂ ਟੈਨਸ਼ਨਾਂ ਕਾਉਂਸਲਰ ਨੂੰ ਪਈਆਂ ਕੀ ਮਸਲਾ ਤੁਹਾਡਾ ਹੈ ਸੱਤ ਵੋਟ ਦਿੱਤੇ ਨੇ ਤੁਹਾਨੂੰ ਮਾਮਾ 35 ਵੋਟਾਂ ਤੋਂ ਜਿੱਤੇ ਆ ਸੱਤ ਕੱਢ ਲੈ ਆਪਣੇ